ਰੇਨ ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਚੈਨਲ। ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਹੋਵੇਗੀ ਆਈ ਕ੍ਰੀਮ ਦੇ ਉੱਪਰ। ਅੱਜ ਆਪਾਂ ਰਿਵਿਊ ਕਰਾਂਗੇ ਸੰਭਾ ਮੀ ਦੀ ਰੈਟੀਨੋਲ ਆਈ ਕ੍ਰੀਮ। ਇਹ ਹੈਗੀ ਆ ਰੈਟੀਨੋਲ ਇੰਟੈਂਸ ਐਡਵਾਂਸ ਐਪਲੀਕੇਸ਼ਨ ਆਈ ਕ੍ਰੀਮ। 3 ਐਕਸ਼ਨ ਕ੍ਰੀਮ ਆ। ਇਹ ਯੂਜ਼ ਹੁੰਦੀ ਆ ਫੋਰ ਰਿੰਕਲ, ਸਾਈਨ ਆਫ ਏਜਿੰਗ, ਸਕਿਨ ਟੋਨ ਨੂੰ ਲਾਈਟ ਕਰਨ ਵਿੱਚ ਹੈਲਪ ਕਰਦੀ ਆ। ਇਹਦੇ ਵਿੱਚ 3 ਇਨਗਰੀਡੀਐਂਟਸ ਹੈਗੇ ਆ, ਨਿਆਸੀਨਾਮਾਈਡ, ਰੈਟੀਨੋਲ, ਟ੍ਰਾਨੈਕਸਾਮਿਕ ਐਸਿਡ। ਤਿੰਨੋਂ ਇਨਗਰੀਡੀਐਂਟਸ ਜਿਹੜੇ ਹੈਗੇ ਆਪਣੀ ਸਕਿਨ ਲਈ ਕਾਫੀ ਬੈਨੀਫਿਟ ਹੁੰਦੇ ਆ। ਆਪਣੀ ਸਕਿਨ ਦੀ ਕੋਲੇਜਨ ਬਣਾਉਣ ਵਿੱਚ ਹੈਲਪ ਕਰਦੇ ਆ, ਇਲਾਸਟਿਸਿਟੀ ਬਣਾਉਣ ਵਿੱਚ ਕੰਮ ਕਰਦੇ ਆ, ਜਿਹੜੇ ਡਾਰਕ ਏਰੀਆਸ ਹੁੰਦੇ ਆ ਉਹਨਾਂ ਨੂੰ ਬ੍ਰਾਈਟਨ ਕਰਦੇ ਆ, ਔਰ ਸਪੈਸ਼ਲੀ ਰਿੰਕਲਸ ਲਈ ਕਾਫੀ ਬੈਨੀਫਿਟ ਹੁੰਦੇ ਆ। ਇਹਦੇ ਵਿੱਚ ਰੈਟੀਨੋਲ 0.1% ਆ, ਸੋ ਇਸਨੂੰ ਹਮੇਸ਼ਾ ਹੀ ਰਾਤ ਨੂੰ ਯੂਜ਼ ਕਰਨਾ ਚਾਹੀਦਾ ਹੈ, ਔਰ ਮਾਰਨਿੰਗ ਟਾਈਮ ਯੂਵੀ ਪ੍ਰੋਟੈਕਸ਼ਨ ਲੈਣੀ ਬਹੁਤ ਜ਼ਰੂਰੀ ਆ, ਕਿਉਂਕਿ ਰੈਟੀਨੋਲ ਨੂੰ ਯੂਜ਼ ਕਰਨ ਤੋਂ ਬਾਅਦ ਜਿਹੜੀ ਆਪਣੀ ਸਕਿਨ ਆ ਉਹ ਕਾਫੀ ਸੈਂਸਿਟਿਵ ਹੋ ਜਾਂਦੀ ਆ, ਸੋ ਮਾਰਨਿੰਗ ਟਾਈਮ ਯੂਵੀ ਪ੍ਰੋਟੈਕਸ਼ਨ ਇਜ਼ ਮਸਟ। ਪੈਕੇਜਿੰਗ ਵਾਈਜ਼ ਇਹਦੀ ਪੈਕਿੰਗ ਕਾਫੀ ਸੋਹਣੀ ਆ, ਔਰ ਕੁਆਂਟਿਟੀ ਵੀ ਕਾਫੀ ਸੋਹਣੀ ਆ, 30 ml ਆ, ਐਂਡ ਵੈਰੀ ਅਫੋਰਡੇਬਲ ਪ੍ਰੋਡਕਟ ਆ। ਇਹਦੀ ਜਿਹੜੀ ਕੰਸਿਸਟੈਂਸੀ ਆ ਕਾਫੀ ਥਿੱਕ ਆ, ਔਰ ਕਾਫੀ ਮੋਇਸਚਰਾਈਜ਼ਿੰਗ ਆ, ਔਰ ਕਾਫੀ ਹਾਈਡਰੇਟਿੰਗ ਆ। ਮੈਂ ਇਸਨੂੰ ਯੂਜ਼ ਕਰਦੀ ਹਾਂ ਹਮੇਸ਼ਾ ਨਾਈਟ ਟਾਈਮ ਸਕਿਨ ਕੇਅਰ ਰੂਟੀਨ ਦੇ ਵਿੱਚ, ਔਰ ਇਹ ਮੇਰਾ ਲਾਸਟ ਸਟੈਪ ਹੁੰਦਾ ਆ। ਮੈਂ ਇਸਨੂੰ ਯੂਜ਼ ਕਰਦੀ ਹਾਂ ਆਪਣੇ ਫੋਰਹੈਡ 'ਤੇ, ਅੰਡਰ ਆਈਜ਼ 'ਤੇ, ਲਾਫ ਲਾਈਨਸ 'ਤੇ। ਇਸਨੂੰ ਯੂਜ਼ ਕਰਨ ਤੋਂ ਬਾਅਦ ਜਿਹੜੀ ਮੇਰੀ ਸਕਿਨ ਆ ਕਾਫੀ ਹਾਈਡਰੇਟਿੰਗ, ਕਾਫੀ ਪਲੰਪੀ, ਐਂਡ ਕਾਫੀ ਮੋਇਸਚਰਾਈਜ਼ਿੰਗ ਫੀਲ ਹੁੰਦੀ ਆ। ਨਾਈਟ ਟਾਈਮ ਯੂਜ਼ ਕਰਦੀ ਹਾਂ, ਨੈਕਸਟ ਮਾਰਨਿੰਗ ਜਦੋਂ ਮੈਂ ਆਪਣੀ ਸਕਿਨ ਨੂੰ ਦੇਖ ਰਹੀ ਹਾਂ, ਮੇਰੀ ਸਕਿਨ ਕਾਫੀ ਗਲੋਈ, ਪਲੰਪੀ, ਹਾਈਡਰੇਟਿੰਗ, ਐਂਡ ਮੇਰੇ ਜਿਹੜੇ ਅੰਡਰ ਆਈਜ਼ ਸਰਕਲਸ ਹੁੰਦੇ ਆ ਬ੍ਰਾਈਟਨ ਇਫੈਕਟ ਦਿੰਦੀ ਆ। ਸੋ ਓਵਰਆਲ ਇਟਸ ਅ ਵੈਰੀ ਗੁੱਡ ਪ੍ਰੋਡਕਟ ਐਂਡ ਵੈਰੀ ਅਫੋਰਡੇਬਲ ਪ੍ਰੋਡਕਟ। ਅਗਰ ਤੁਸੀਂ ਕਿਸੇ ਆਈ ਕ੍ਰੀਮ ਨੂੰ ਬਾਏ ਕਰਨ ਬਾਰੇ ਸੋਚਦੇ ਪਏ ਆ, ਯੂ ਸ਼ੁੱਡ ਟਰਾਈ ਇਟ ਵਾਂਸ, ਇਟਸ ਅ ਜੈਸ ਫੋਰ ਮੀ, ਐਂਡ ਮੈਂ ਇਸ ਦੇ ਰਿਜ਼ਲਟਸ ਤੋਂ ਕਾਫੀ ਖੁਸ਼ ਹਾਂ। ਹੋਪ ਤੁਹਾਨੂੰ ਵੀ ਇਹ ਪਸੰਦ ਆਏਗੀ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਪਲੀਜ਼ ਲਾਈਕ, ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ।